ਹਾਂਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਦੀਸ ਆਰ ਮਾਈ ਬਿਊਟੀਫੁਲ ਡਾਂਸਰ ਜਿਹਨਾਂ ਨੂੰ ਦਮ ਪੀੜਾ ਉੱਠਿਆ ਆ। ਆ ਮਿਸਟਰ ਇੰਡੀਆ ਕਿੱਥੋਂ ਆ ਗਿਆ ਓਏ? ਹਾਂਜੀ ਹਾਂਜੀ ਸਤਿ ਸ੍ਰੀ ਅਕਾਲ, ਹੱਥ ਮਲਾਈਆਂ ਨੇ ਹੱਥ ਉੱਤੇ ਆ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ। ਆਪਾਂ ਜਿਹੜੀ ਰਿਐਕਸ਼ਨ ਵੀਡੀਓ ਲੈ ਕੇ ਆਏ ਹਾਂ, ਦਲਜੀਤ ਦੁਸਾਂਝ ਬਾਈ ਦਾ ਨਿਊ ਸੌਂਗ ਆਇਆ, ਸੌਂਗ ਦਾ ਨਾਮ ਆ ਮੋਮਬੱਤੀਏ, ਅਤੇ ਇਹਦੇ 'ਚ ਫੀਚਰਿੰਗ ਕੀਤੀ ਆ ਆਪਣੀ ਹਰਨਾਜ ਕੌਰ ਸੰਧੂ ਜੀ ਨੇ, ਅਤੇ ਇਹਦੇ ਲਿਰਿਕਸ 'ਤੇ ਕੰਪੋਜ਼ ਕੀਤਾ ਵਾ ਜਾਨੀ ਜੀ ਨੇ, ਅਤੇ ਬੰਟੀ ਬਾਈ ਨੇ ਇਹਨੂੰ ਮਿਊਜ਼ਿਕ ਦਿੱਤਾ ਵਾ। ਅਤੇ ਆਓ ਦੇਖਦੇ ਹਾਂ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਜਿਹੜੇ ਦਲਜੀਤ ਦੁਸਾਂਝ ਬਾਈ ਨੂੰ ਪਿਆਰ ਕਰਦੇ ਆ, ਜਿਹੜੇ ਉਹਨਾਂ ਦੇ ਮਤਲਬ ਸਿੰਗਿੰਗ ਨੂੰ ਪਿਆਰ ਕਰਦੇ, ਵੀਡੀਓ ਨੂੰ ਲਾਈਕ ਕਰਿਓ, ਕਮੈਂਟ ਕਰਿਓ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਅਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਤੁਹਾਨੂੰ ਬਾਈ ਦਾ ਕਿਹੜਾ ਗਾਣਾ ਫੇਵਰੇਟ ਹੈ ਤੁਹਾਡਾ, ਅਤੇ ਬਾਕੀ ਗੱਲਾਂ ਆਪਾਂ ਬਾਅਦ 'ਚ ਕਰਦੇ, ਪਹਿਲੇ ਦੇਖਦੇ ਬਾਈ ਦਾ ਸੌਂਗ। ਆ ਗੋਰੀ ਮੈਨਿਊ ਲੈ ਕੇ ਖੜੀ ਆ, ਮੈਨੂੰ ਲੱਗਾ ਮੈਨਿਊ ਲੈ ਕੇ ਖੜੀ ਆ, ਆ ਚੱਕ ਚਾਹ ਨਾ ਆਂਡਾ ਸੁਣੀਏ। ਹਾਂਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਦੀਸ ਆਰ ਮਾਈ ਬਿਊਟੀਫੁਲ ਡਾਂਸਰ ਜਿਹਨਾਂ ਨੂੰ ਦਮ ਪੀੜਾ ਉੱਠਿਆ ਆ। ਆ ਮਿਸਟਰ ਇੰਡੀਆ ਕਿੱਥੋਂ ਆ ਗਿਆ ਓਏ? ਹਾਂਜੀ ਹਾਂਜੀ ਸਤਿ ਸ੍ਰੀ ਅਕਾਲ, ਹੱਥ ਮਲਾਈਆਂ ਨੇ ਹੱਥ ਉੱਤੇ ਆ। ਆ ਲੈ ਕੁੜੀਆਂ ਦਾ ਇਹੀ ਹਾਲ ਹੁੰਦਾ, ਸਾਰੀ ਬਰਾਤ ਤਿਆਰ ਹੋ ਗਈ ਕੁੜੀਆਂ। ਤੇਰੇ ਬਿਨਾ ਏਰੀਏ ਚ ਹੋਰ ਕੁੜੀ ਦਾ ਨਾ ਦਿਲ ਮੰਗੀਏ ਤੇ ਨਾ ਹੀ ਟਾਈਮ ਚੱਕੀਏ। ਘੰਟੀਆਂ ਬਲੈਕ ਛੱਤੀ ਇੰਚ ਰਮਨੀ, ਸ਼ਾਮ ਨੂੰ ਬਣਾਵਾ ਗਾਣੇ ਸੁਭਾ ਜਮਨੀ, ਤੂੰ ਬੱਚ ਬੀਜੀ ਤੇਰਾ ਯਾਰ ਜੱਟੀਏ, ਮਾਝੇ ਦੀਏ ਮੋਮਬੱਤੀਏ। ਬਾਈ ਨੇ ਕਿਤੇ ਸ਼ੁਰੂਆਤ ਬਹੁਤ ਸੋਹਣੀ ਕੀਤੀ, ਵਲੋਗਿੰਗ ਟਾਈਪ ਦੀ ਗਾਣੇ ਦੀ ਸ਼ੁਰੂਆਤ ਕੀਤੀ, ਹੈ ਨਾ। ਸਤਿ ਸ਼੍ਰੀ ਅਕਾਲ ਜੀ, ਉਹ ਚੀਜ਼ ਬੜੀ ਘੈਂਟ ਲੱਗੀ ਬਾਈ ਦੀ। ਬਾਕੀ ਵੀਡੀਓ ਦੇ ਜਿਹੜੇ ਲਿਰਿਕਸ ਜਾਨੀ ਜੀ ਨੇ ਲਿਖੇ ਆ ਬਹੁਤ ਸੋਹਣੇ, ਕਹਿੰਦੇ ਸ਼ਾਮ ਨੂੰ ਗਾਣੇ ਬਣਾਵਾਂ ਸੁਬੇ ਜਿੰਮ ਨਹੀਂ, ਕਿਆ ਬਾਤ ਹੈ। ਮਤਲਬ ਯਾਰ ਸੀਰੀਅਸਲੀ ਦਲਜੀਤ ਦੁਸਾਂਝ ਕੀ ਕਰ ਰਿਹਾ ਵਾ, ਕੁਛ ਬੰਦਾ ਡਿਫਰੈਂਟ ਲੈ ਕੇ ਆ ਰਿਹਾ ਹੈ। ਕੰਨਿਆ ਕੁਵਾਰੀ ਜੋਗੀ ਛੇੜਦੀ ਫਿਰੇ, ਉਹ ਕਰਦੀ ਕਮੈਂਟ ਅਹੇ ਗੋੜ ਲੱਗਦਾ, ਭੈਣ ਤੇਰੀ ਆ ਕੇ ਕਹਿੰਦੀ ਮੇਰੇ ਕੰਨ ਚ ਦਸਾਂਝਾਂ ਵਾਲਿਆ ਵੇ ਬੜਾ ਹੌਟ ਲੱਗਦਾ। ਕੰਨਿਆ ਕੁਵਾਰੀ ਜੋਗੀ ਛੇੜਦੀ ਫਿਰੇ, ਕਰਦੀ ਕਮੈਂਟ ਅਹੇ ਗੋੜ ਲੱਗਦਾ, ਭੈਣ ਤੇਰੀ ਆ ਕੇ ਕਹਿੰਦੀ ਮੇਰੇ ਕੰਨ ਚ ਦਸਾਂਝਾਂ ਵਾਲਿਆ ਵੇ ਬੜਾ ਹੌਟ ਲੱਗਦਾ। ਵੈ ਸੀਨੇ ਉੱਤੇ ਚੋਟ ਲੱਗਦਾ, 1 ਮਿਲੀਅਨ ਦਾ ਨੋਟ ਲੱਗਦਾ, ਭੈਣ ਤੇਰੀ ਆ ਕੇ ਕਹਿੰਦੀ ਸੀਰੀਅਸਲੀ ਡਿਫਰੈਂਟ ਆ, ਕੁਛ ਵੱਖਰਾ ਕਰ ਰਿਹਾ ਵਾ, ਤੇ ਕੋਈ ਵੱਖਰੀਆਂ ਚੀਜ਼ਾਂ ਆਪਾਂ ਨੂੰ ਦੇ ਰਿਹਾ ਵਾ। ਕਿਆ ਯਾਰ ਦਲਜੀਤ ਦੁਸਾਂਝ ਬਾਈ ਦਾ ਵੀ ਰੁਤਬਾ ਯਾਰ, ਪੰਜਾਬੀ ਇੰਡਸਟਰੀ ਦੇ ਵਿੱਚ ਮੇਰੇ ਹਿਸਾਬ ਨਾਲ ਜੇ ਸਟਾਰ ਇਸ ਟਾਈਮ ਜੇ ਸਭ ਤੋਂ ਉੱਪਰ ਕੋਈ ਹੈਗਾ, ਤੇ ਦੇਖੋ ਸਿੱਧੂ ਬਾਈ ਨੂੰ ਤੇ ਆਪਾਂ ਪਿੱਛੇ ਨਹੀਂ ਕਰ ਸਕਦੇ, ਮਗਰ ਜੇ ਸਭ ਤੋਂ ਉੱਪਰ ਇਸ ਟਾਈਮ ਚੱਲ ਰਿਹਾ ਤੇ ਮੇਰੇ ਹਿਸਾਬ ਨਾਲ ਦਲਜੀਤ ਦੁਸਾਂਝ ਬਾਈ ਆ। ਹਾਲ ਕੱਟੀਏ ਮਾਝੇ ਦੀਏ ਮੋਮਬੱਤੀਏ, ਪਹਿਲੇ ਦਿਨੋਂ ਤੇਰੇ ਉੱਤੇ ਅੱਖ ਰੱਖੀਏ, ਤੇਰੇ ਬਿਨਾ ਏਰੀਏ 'ਚ ਹੋਰ ਕੁੜੀ ਦਾ ਨਾ ਦਿਲ ਮੰਗੀਏ ਤੇ ਨਾ ਹੀ ਟਾਈਮ ਚੱਕੀਏ। ਘੰਟੀਆਂ ਬਲੈਕ 36 ਇੰਚ ਰੈਮਨੀ, ਸ਼ਾਮ ਨੂੰ ਬੜਾਵਾ ਗਾਣੇ ਸੁਭਾ ਜਮਨੀ, ਤੂੰ ਵੱਚ ਬੀਜੀ ਤੇਰਾ ਯਾਰ ਜੱਟੀਏ, ਮਾਝੇ ਦੀਏ ਮਾਹਾ ਮਾਝੇ ਦੀਏ ਮੋਮਬੱਤੀਏ। ਚੜੀ ਰਵੇ ਲੋਰ ਹਰ ਵੇਲੇ ਕੰਮ ਦੀ, ਲੋਰ ਜਿਵੇਂ ਚਾੜਦੀ ਆ ਐਕਸਟਸੀ, ਤੂੰ ਤਾਂ ਕਮਾਇਆ ਕੱਲਾ ਪੈਸਾ ਗੋਰੀਏ, ਜੱਟ ਨੇ ਕਮਾਈ ਆ ਨੀ ਲੈਗਸੀ, ਦੁਨੀਆ ਕਮਾਈ ਫਿਰੇ ਪੈਸਾ ਗੋਰੀਏ, ਜੱਟ ਨੇ ਕਮਾਈ ਆ ਨੀ ਉਹ ਜਿਸਮਾਂ ਤੋਂ ਬੰਦਾ ਕਿੱਥੇ ਰੱਜਿਆ।
ਵੱਜਿਆ ਕਦੇ ਖੜੀ ਖੜੀ ਲਈ ਨੀ ਦਿਲ ਵੱਜਿਆ ਕਦੇ ਭੱਜਿਆ ਮੈਂ ਬੜਾ ਸਕਸੈਸ ਵਾਸਤੇ ਕੁੜੀਆਂ ਦੇ ਪਿੱਛੇ ਨੀ ਮੈਂ ਭੱਜਿਆ ਕਦੇ। ਕਿਆ ਬਾਤ ਹੈ, ਬਹੁਤ ਘੈਂਟ ਗੱਲ ਕਹੀ ਬਾਈ ਨੇ। ਹਮੇਸ਼ਾ ਆਪਣੀ ਮਿਹਨਤ ਨੂੰ ਪਹਿਲ ਦਓ, ਨਾ ਕਿ ਜਿਹੜੀ ਸੱਚਾਈ ਹੈ। ਕਈਆਂ ਦੀ ਆਦਤ ਹੁੰਦੀ ਨਾ ਕਿ ਯਾਰ ਪਹਿਲੋਂ ਪਿਆਰ ਮਿਲ ਜੇ, ਨਹੀਂ ਬਾਈ ਪਹਿਲੋਂ ਮਿਹਨਤ। ਆਪਣਾ ਵੇਖੋ ਕਿ ਸਟਰਗਲ ਕਰੋ ਉਸ ਚੀਜ਼ ਲਈ ਜਿਹੜੀ ਚੀਜ਼ ਦੇ ਤੁਹਾਨੂੰ ਅੱਗੇ ਜਾ ਕੇ ਬੈਨੀਫਿਟ ਮਿਲਣੇ ਆ, ਹੈ ਨਾ। ਦੇਖੋ ਕੁੜੀ ਜ਼ਿੰਦਗੀ ਦੇ 'ਚ ਫਿਰ ਵੀ ਮਿਲ ਜੂਗੀ, ਮਗਰ ਜਿਹੜਾ ਮਿਹਨਤ ਦਾ ਟਾਈਮ ਲੰਘ ਗਿਆ ਨਾ, ਉਹ ਨਹੀਂ ਬਾਅਦ 'ਚ ਹੱਥ ਆਉਣਾ। ਮਿਹਨਤ ਵਾਲਾ ਜਿਹੜਾ ਆਪਣਾ ਪੀਰੀਅਡ ਹੈ, ਮੰਨ ਲਓ 20 ਸਾਲ ਤੋਂ ਲੈ ਕੇ ਆਪਣਾ 25-26 ਸਾਲ ਤੱਕ, ਉਹ ਨਾ ਗਵਾਓ। ਉਹ ਜਿੰਨਾ ਹੋ ਸਕੇ ਆਪਣਾ ਮਿਹਨਤ ਵਾਲੇ ਉਹਦੇ ਉਹਦੇ ਮਤਲਬ ਮਿਹਨਤ ਵੱਲ ਜ਼ਿਆਦਾ ਦਿਓ ਉਹ ਧਿਆਨ ਆਪਣਾ। ਬਹੁਤ ਘੈਂਟ ਗੱਲ ਕਹੀ ਬਾਈ ਨੇ ਯਾਰ। ਪਰ ਤੇਰੇ ਨਾਲ ਦੀ ਲੋ ਲੱਗਦੀ ਜ਼ਿੰਦਗੀ ਥੋੜੀ ਸਲੋ ਲੱਗਦੀ, ਦਿਨ ਵੇਲੇ ਤਾਂ ਭੋਲੀ ਭਾਲੀ ਰਾਤ ਨੂੰ ਤੁਰਾ। ਕੀ ਬਾਤ ਹੈ, ਚੜਾਏਂਗੀ ਨੀ ਲੋਰ ਜੱਟ ਨੂੰ, ਨਿਕਲੇ ਨਾ ਘਰੋਂ ਲਾ ਕੇ ਤੋੜ ਜੱਟ ਨੂੰ। ਕੀ ਬਾਤ ਹੈ, ਜ਼ਾਹਿਰ ਨਾ ਚੜਾ ਦੀ ਨਾਗਦੀ ਏ ਬੱਚੀ ਏ, ਮਾਝੇ ਦੀ ਏ ਮਾਝੇ ਦੀ ਏ, ਮਾਝੇ ਦੀ ਏ ਮਾਝੇ ਦੀ ਏ ਮੋਮਬੱਤੀ ਏ, ਪਹਿਲੇ ਦਿਨੋਂ ਤੇਰੇ ਉੱਤੇ ਅੱਖ ਰੱਖੀਏ। ਤੇਰੇ ਬਿਨਾਂ ਏਰੀਏ 'ਚ ਹੋਰ ਕੁੜੀ ਦਾ ਨਾ ਦਿਲ ਮੰਗੀਏ ਤੇ ਨਾ ਹੀ ਟਾਈਮ ਚੱਕੀਏ। ਕਮੈਂਟ ਕਰਕੇ ਜ਼ਰੂਰ ਦੱਸਿਓ ਕਿਹਦਾ ਕਿਹਦਾ ਦਲਜੀਤ ਦੋਸਾਂਝ ਫੇਵਰੇਟ ਸਿੰਗਰ ਆ। ਨੀਆਂ ਬਲੈਕ 36 ਇੰਚ ਰਿਮ ਨੀ, ਸ਼ਾਮ ਨੂੰ ਬੜਾਵਾ ਗਾਣੇ ਸੁਭਾ ਜਮਨੀ, ਤੂੰ ਵੱਜ ਵੀਦੀ ਤੇਰਾ ਯਾਰ ਜੱਟੀਏ। ਬੰਬੇ ਦੀਏ ਬੰਬੇ ਦੀਏ, ਆਓ ਬੰਬੇ ਦੀਏ ਬੰਬੇ ਦੀਏ ਮੋਮਬੱਤੀਏ। ਕੈਟ ਯਾਰ, ਇੱਕਦਮ ਸ਼ੁਰੂਆਤ ਬਾਈ ਦੇ ਗਾਣੇ ਦੀ ਬਹੁਤ ਘੈਂਟ ਲੱਗੀ, ਫਿਰ ਬਾਈ ਨੇ ਵਿੱਚ ਵਾਈ ਬਹੁਤ ਘੈਂਟ ਦਿੱਤੀ ਗਾਣੇ ਦੀ, ਹੈ ਨਾ। ਮੈਨੂੰ ਯਾਰ ਸੀਰੀਅਸਲੀ ਗਾਣਾ ਬਹੁਤ ਘੈਂਟ ਲੱਗਾ। ਬਾਕੀ ਤੁਸੀਂ ਦੱਸਿਓ ਤੁਹਾਨੂੰ ਸੌਂਗ ਕਿੱਦਾਂ ਲੱਗਾ, ਲਿਰਿਕਸ ਜਾਨੀ ਜੀ ਦੇ ਕਿੱਦਾਂ ਦੇ ਲੱਗੇ, ਅਤੇ ਹਰਨਾਜ ਕੌਰ ਜੀ ਦੀ ਤੁਹਾਨੂੰ ਐਕਟਿੰਗ ਕਿੱਦਾਂ ਦੀ ਲੱਗੀ, ਜ਼ਰੂਰ ਦੱਸਿਓ। ਬਾਕੀ ਮਿਲਦੇ ਹਾਂ ਜਲਦੀ ਨੈਕਸਟ ਵੀਡੀਓ 'ਚ। ਸਤਿ ਸ਼੍ਰੀ ਅਕਾਲ।